ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਕੇਸਰੀ, ਮੈਂ ਹਾਂ ਤੁਹਾਡੇ ਨਾਲ ਤਨੂੰ। ਔਰ ਬੇਹੱਦ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਚਾਈਨਾ ਡੋਰ ਕਰਕੇ ਇੱਕ 6 ਸਾਲ ਦੀ ਬੱਚੀ ਦੀ ਜਾਨ ਚਲੀ ਗਈ ਹੈ। ਸੋ ਦੱਸ ਦਿੰਦੇ ਹਾਂ ਕਿ ਆਪਣੇ ਮਾਤਾ ਪਿਤਾ ਦੇ ਨਾਲ ਬਾਈਕ ਉੱਤੇ ਸਵਾਰ ਹੋ ਕੇ ਇਹ ਬੱਚੀ ਜਿਹੜੀ ਸੀ ਘਰ ਵੱਲ ਨੂੰ ਜਾ ਰਹੀ ਸੀ, ਜਿਸ ਦੌਰਾਨ ਡਰੈਗਨ ਡੋਰ ਨੇ ਬੱਚੀ ਦੀ ਗਰਦਨ 'ਤੇ ਜਿਹੜੀ ਹੈ ਉਹ ਫਸ ਜਾਂਦੀ ਹੈ ਔਰ ਉਸ ਤੋਂ ਬਾਅਦ ਇਸ ਬੱਚੀ ਦੀ ਸਾਹ ਵਾਲੀ ਜਿਹੜੀ ਨਲੀ ਹੈ ਉਹ ਜਿਹੜੀ ਹੈ ਉਹ ਟੁੱਟ ਜਾਂਦੀ ਹੈ, ਜਿਸ ਕਰਕੇ ਇਸਦੀ ਮੌਤ ਹੋ ਗਈ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਉਹਨਾਂ ਦੀ 6 ਸਾਲ ਦੀ ਬੱਚੀ ਜਿਹੜੀ ਹੈ ਇੱਕ ਡਰੈਗਨ ਡੋਰ ਦੀ ਬਲੀ ਚੜ ਗਈ ਹੈ। ਸੋ ਉਸ ਪਰਿਵਾਰ ਦੀ ਤਸਵੀਰ ਵੀ ਦਿਖਾ ਰਿਹਾ, ਜਿਸ ਪਰਿਵਾਰ ਨੇ ਸਾਫ਼ ਤੌਰ 'ਤੇ ਜਿਹੜੀ ਹੈ ਪ੍ਰਸ਼ਾਸਨ ਨੂੰ ਵੀ ਮੰਗ ਕੀਤੀ ਹੈ ਕਿ ਇਸ ਡੋਰ ਉੱਤੇ ਜਿਹੜਾ ਸ਼ਿਕੰਜਾ ਕੱਸਿਆ ਜਾਵੇ। ਹਾਲਾਂਕਿ ਪ੍ਰਸ਼ਾਸਨ ਵੱਲੋਂ ਲਗਾਤਾਰ ਜਿਹੜੀ ਹੈ ਕੋਸ਼ਿਸ਼ ਉਹਨਾਂ ਦੀ ਵੀ ਜਾ ਰਹੀ ਹੈ ਕਿ ਜਿਹੜੀ ਡਰੈਗਨ ਡੋਰ ਵੇਚਦੇ ਨੇ ਜਾਂ ਫਿਰ ਡਰੈਗਨ ਡੋਰ ਦੇ ਨਾਲ ਗੁੱਡਿਆਂ ਨੂੰ ਉਡਾਉਂਦੇ ਨੇ ਉਹਨਾਂ 'ਤੇ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ। ਪਰ ਬਾਵਜੂਦ ਇਸ ਦੇ ਚਾਈਨਾ ਡੋਰ ਦੇ ਉੱਤੇ ਜਿਹੜਾ ਸ਼ਿਕੰਜਾ ਹੈ ਪੂਰਨ ਤੌਰ 'ਤੇ ਜਿਹੜਾ ਕੱਸਿਆ ਨਹੀਂ ਗਿਆ ਹੈ। ਇੱਕ ਬੱਚੀ ਜਿਹੜੀ ਹੈ ਜਿਸਦੀ ਡੋਰ ਕਰਕੇ ਸਾਹ ਵਾਲੀ ਨਲੀ ਜਿਹੜੀ ਹੈ ਉਹ ਕੱਟੀ ਜਾਂਦੀ ਹੈ, ਜਿਸ ਕਰਕੇ ਉਸਦੀ ਥਾਂ 'ਤੇ ਹੀ ਮੌਤ ਹੋ ਜਾਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਪੂਰਾ ਮਾਮਲਾ ਬਟਾਲਾ ਰੋਡ ਉੱਤੇ ਮੈਟਰੋ ਬੱਸ ਬ੍ਰਿਜ ਉੱਤੇ ਇਹ ਵਾਰਦਾਤ ਜਿਹੜੀ ਹੈ ਵਾਪਰੀ ਹੈ, ਜਿਸਦੇ ਵਿੱਚ ਇੱਕ ਬੱਚੀ ਆਪਣੇ ਮਾਤਾ ਪਿਤਾ ਦੇ ਨਾਲ ਰਿਸ਼ਤੇਦਾਰ ਸੀ ਉਹਨਾਂ ਦੇ ਘਰੋਂ, ਉਹਨਾਂ ਨੂੰ ਮਿਲ ਕੇ ਉਹਨਾਂ ਦੇ ਘਰੋਂ ਆਪਣੇ ਘਰ ਵੱਲ ਨੂੰ ਜਾ ਰਹੇ ਸੀ, ਜਿਸ ਦੌਰਾਨ ਇਸ ਪਲਾਸਟਿਕ ਦੀ ਡੋਰ ਬੱਚੀ ਦੀ ਗਲੇ 'ਚ ਫਸ ਜਾਂਦੀ ਹੈ ਔਰ ਉਸ ਤੋਂ ਬਾਅਦ ਇਸ ਬੱਚੀ ਦੀ ਉੱਥੇ ਹੀ ਮੌਤ ਹੋ ਜਾਂਦੀ ਹੈ। ਡਾਕਟਰ ਕੋਲ ਤੁਰੰਤ ਫੈਮਿਲੀ ਜਿਹੜੀ ਹੈ ਉਹ ਜਾਂਦੀ ਹੈ, ਪਰ ਤਦ ਤੱਕ ਜਿਹੜੇ ਸੀ ਇਸ ਲੜਕੀ ਦੀ ਮੌਤ ਹੋ ਚੁੱਕੀ ਸੀ। ਔਰ ਡਾਕਟਰਾਂ ਦਾ ਵੀ ਇਹ ਕਹਿਣਾ ਹੈ ਕਿ ਜੋ ਪਲਾਸਟਿਕ ਦੀ ਡੋਰ ਸੀ ਉਸ ਕਰਕੇ ਬੱਚੀ ਦੀ ਸਾਹ ਵਾਲੀ ਨਲੀ ਜਿਹੜੀ ਸੀ ਉਹ ਕੱਟ ਜਾਂਦੀ ਹੈ, ਜਿਸ ਕਰਕੇ ਉਸਦੀ ਥਾਂ 'ਤੇ ਹੀ ਮੌਤ ਹੋ ਜਾਂਦੀ ਹੈ। ਫਿਲਹਾਲ ਤਮਾਮ ਜਾਣਕਾਰੀ ਸਾਂਝੀ ਕਰਨ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਅੰਮ੍ਰਿਤਸਰ ਤੋਂ ਜੁੜ ਚੁੱਕੇ ਨੇ ਗੁਰਪ੍ਰੀਤ। ਗੁਰਪ੍ਰੀਤ, ਜਿਸ ਤਰ੍ਹਾਂ ਦੇ ਨਾਲ ਖਬਰ ਜਿਹੜੀ ਹੈ ਉਹ ਸਾਹਮਣੇ ਆਈ ਕਿ 6 ਸਾਲ ਦੀ ਬੱਚੀ ਜਿਹੜੀ ਹੈ ਉਹ ਬਲੀ ਚੜ ਜਾਂਦੀ ਹੈ ਡਰੈਗਨ ਡੋਰ ਦੇ ਕਰਕੇ, ਕੀ ਕੁਝ ਜਾਣਕਾਰੀ ਹੈ? ਮੈਡਮ, ਤੁਸੀਂ ਵੇਖ ਸਕਦੇ ਹੋ ਕਿ ਪਿਛਲੇ ਦਿਨੀ ਹੀ ਵੇਰਕਾ ਦੀ ਰਹਿਣ ਵਾਲੀ ਇੱਕ ਛੋਟੀ ਜਿਹੀ ਬੱਚੀ ਜਿਹਦਾ ਨਾਮ ਖੁਸ਼ੀ ਦੱਸਿਆ ਜਾ ਰਿਹਾ, ਤਾਂ ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਜਦੋਂ ਬਟਾਲਾ ਰੋਡ ਤੇ ਜਾ ਰਹੀ ਸੀ ਤਾਂ BRTS ਦੀ ਲਾਈਨ ਦੇ ਵਿੱਚੋਂ ਜਦੋਂ ਨਿਕਲੇ ਤਾਂ ਉਸਦੇ ਗਲੇ ਦੇ ਵਿੱਚ ਡੋਰ ਫਿਰ ਜਾਂਦੀ ਹੈ, ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਦਵਾ ਦਵ ਜਿਹੜਾ ਹੋਸਪਿਟਲ ਦੇ ਵਿੱਚ ਲੈ ਕੇ ਜਾਂਦੇ ਨੇ ਤਾਂ ਡਾਕਟਰਾਂ ਦੇ ਲੱਭ ਦੇ ਦਿੱਤਾ ਜਾਂਦਾ, ਜਿਸ ਕਰਕੇ ਉਸ ਬੱਚੀ ਦੀ ਮੌਤ ਹੋ ਚੁੱਕੀ ਹੈ। ਤਾਂ ਜੇਕਰ ਅਸੀਂ ਗੱਲ ਕਰੀਏ ਡਰੈਗਨ ਡੋਰ ਦੀ ਤਾਂ ਕਾਫੀ ਵੱਡੇ ਸਵਾਲ ਖੜੇ ਹੋ ਜਾਂਦੇ ਨੇ ਕਿ ਆਖਿਰਕਾਰ ਡਰੈਗਨ ਡੋਰ ਕਿਉਂ ਪੰਜਾਬ ਦੇ ਵਿੱਚ ਲਿਆਂਦੀ ਜਾ ਰਹੀ ਹੈ, ਇਸ ਨੂੰ ਬੈਨ ਕਿਉਂ ਨਹੀਂ ਕੀਤਾ ਜਾ ਰਿਹਾ। ਇਹ ਖੁਸ਼ੀ ਦੀ ਨਹੀਂ ਇਕੱਲੀ ਮੌਤ ਹੋਈ ਇਸ ਡਰੈਗਨ ਡੋਰ ਦੇ ਨਾਲ, ਹੋਰ ਵੀ ਬਹੁਤ ਸਾਰੀਆਂ ਮੌਤਾਂ ਪਹਿਲਾਂ ਕਈ ਵਾਰ ਹੋ ਚੁੱਕੀਆਂ ਨੇ ਪਹਿਲਾਂ ਵੀ ਰੋਕਣਾ ਚਾਹਾਂਗੇ, ਕਿਉਂਕਿ ਡਰੈਗਨ ਡੋਰ ਦੇ ਉੱਤੇ ਜੇਕਰ ਸ਼ਿਕੰਜੇ ਦੀ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਵੱਲੋਂ ਲਗਾਤਾਰ ਅਨਾਊਂਸਮੈਂਟ ਵੀ ਕਰਵਾਈਆਂ ਗਈਆਂ ਕਿ ਜੇਕਰ ਡਰੈਗਨ ਡੋਰ ਕੋਈ ਵੇਚਦਾ ਜਾਂ ਫਿਰ ਕੋਈ ਉਸਦੇ ਨਾਲ ਗੁੱਡੇ ਉਡਾਉਂਦਾ ਹੋਇਆ ਫੜਿਆ ਗਿਆ ਤਾਂ ਉਹਨਾਂ 'ਤੇ ਕਾਰਵਾਈ ਹੋਵੇਗੀ। ਹਾਲਾਂਕਿ ਕਈ ਜ਼ਿਲ੍ਹਿਆਂ ਵਿੱਚ ਤਾਂ ਪੁਲਿਸ ਵਾਲੇ ਲੋਕਾਂ ਦੇ ਘਰਾਂ ਤੱਕ ਛੱਤਾਂ 'ਤੇ ਚੜ ਗਏ ਸੀ ਕਿ ਜਿਹੜੇ ਡਰੈਗਨ ਡੋਰ ਨਾਲ। ਜੀ ਬਿਲਕੁਲ, ਤੁਹਾਡੀ ਗੱਲ ਠੀਕ ਹੈ ਕਿ ਜੇਕਰ ਅਸੀਂ ਗੱਲ ਕਰੀਏ ਲੋਹੜੀ ਵਾਲੇ ਦਿਨ ਦੀ ਤਾਂ ਲੋਹੜੀ ਵਾਲੇ ਦਿਨ ਪੰਜਾਬ ਪੁਲਿਸ ਜ਼ਰੂਰ ਕੋਠਿਆਂ ਦੇ ਉੱਪਰ ਦਿਖਾਈ ਦਿੱਤੀ ਹੈ, ਉਹਨਾਂ ਦੇ ਵੱਲੋਂ ਡਰੋਨ ਦੇ ਜ਼ਰੀਏ ਜਿਹੜੀ ਨਿਗਾਹ ਵਾ ਉਹ ਵੀ ਨਾਲ ਦੇ ਨਾਲ ਰੱਖੀ ਗਈ ਹੈ। ਤੇ ਜੇਕਰ ਅਸੀਂ ਗੱਲ ਕਰੀਏ ਡਰੈਗਨ ਡੋਰ ਜਿਹੜੇ ਨੌਜਵਾਨ ਲੈ ਕੇ ਆਉਂਦੇ ਨੇ ਤਾਂ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਜਿਹੜੇ ਡੋਰ ਵੇਚਦੇ ਨੇ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਵੇ। ਅਸੀਂ ਤਾਂ ਪੈਸੇ ਲੈ ਕੇ ਇਸ ਡੋਰ ਦੇ ਨਾਲ ਪਤੰਗਬਾਜ਼ੀ ਕਰਦੇ ਹਾਂ, ਜਿਸ ਕਰਕੇ ਲਗਾਤਾਰ ਜਿਹੜੇ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ। ਜੇਕਰ ਕੋਈ ਡੋਰ ਦੇ ਨਾਲ ਫੜਿਆ ਜਾਂਦਾ ਹੈ ਤਾਂ ਮੌਕੇ 'ਤੇ ਹੀ ਉਸਨੂੰ ਜ਼ਮਾਨਤ ਮਿਲ ਜਾਂਦੀ ਹੈ। ਜੀ, ਬੇਹੱਦ ਮੰਦਭਾਗੀ ਖਬਰ ਹੈ, ਬਹੁਤ ਬਹੁਤ ਸ਼ੁਕਰੀਆ ਤਮਾਮ ਜਾਣਕਾਰੀ ਸਾਂਝੀ ਕਰਨ ਦੇ ਲਈ। ਸੋ 6 ਸਾਲ ਦੀ ਬੱਚੀ ਜੋ ਕਿ ਆਪਣੇ ਮਾਤਾ ਪਿਤਾ ਦੇ ਨਾਲ ਜਾ ਰਹੀ ਸੀਗੀ ਆਪਣੇ ਘਰ ਦੇ ਕੋਲ ਪਹੁੰਚੀ ਤਾਂ ਉੱਥੇ ਹੀ ਜਿਹੜੀ ਹੈ ਰਾਹ ਦੇ ਵਿੱਚ ਉਸਦੇ ਨਾਲ ਇਹ ਹਾਦਸਾ ਵਾਪਰਦਾ। ਇੱਕ ਪਲਾਸਟਿਕ ਡੋਰ ਜਿਸਨੂੰ ਖੂਨੀ ਡੋਰ ਵੀ ਕਿਹਾ ਜਾਂਦਾ ਹੈ ਉਸਦੇ ਗਰਦਨ 'ਤੇ ਫਿਰ ਜਾਂਦੀ ਹੈ, ਜਿਸ ਕਰਕੇ ਉਸਦੀ ਸਾਹ ਵਾਲੀ ਨਲੀ ਜਿਹੜੀ ਹੈ ਉਹ
ਕੱਟ ਜਾਂਦੀ ਹੈ ਤੇ ਥਾਂ ਤੇ ਹੀ ਬੱਚੀ ਦੀ ਮੌਤ ਹੋ ਜਾਂਦੀ ਹੈ। ਹਾਲਾਂਕਿ ਉਸਦੇ ਮਾਤਾ ਪਿਤਾ ਉਸਨੂੰ ਹਸਪਤਾਲ ਲੈ ਕੇ ਜਾਂਦੇ ਨੇ, ਬਾਵਜੂਦ ਉਸਦੇ ਜਿਹੜੇ ਡਾਕਟਰ ਉੱਥੇ ਮੌਜੂਦ ਸੀ ਉਸ ਬੱਚੀ ਦੀ ਮੌਤ ਦੀ ਪੁਸ਼ਟੀ ਕਰ ਦਿੰਦੇ ਨੇ। ਪਰਿਵਾਰ ਦੇ ਵਿੱਚ ਜਿਹੜਾ ਇਹ ਮਾਤਮ ਪਸਰਿਆ ਹੋਇਆ ਹੈ, ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਔਰ ਪਰਿਵਾਰ ਪ੍ਰਸ਼ਾਸਨ ਤੋਂ ਇੱਕੋ ਹੀ ਮੰਗ ਕਰ ਰਿਹਾ ਹੈ ਕਿ ਇਸ ਪਲਾਸਟਿਕ ਡੋਰ ਨੂੰ ਬੈਨ ਕੀਤਾ ਜਾਵੇ ਪੂਰਨ ਤੌਰ ਤੇ। ਉਹਨਾਂ ਦੀ ਬੱਚੀ ਦੀ ਜਾਨ ਤਾਂ ਚਲੀ ਗਈ ਹੈ, ਹੋਰ ਜਿਹੜੇ ਨੇ ਇਸ ਡਰੈਗਨ ਡੋਰ ਦੀ ਬਲੀ ਨਾ ਚੜਨ, ਪਰ ਲੋਕ ਜਿਹੜੇ ਨੇ ਉਹ ਸਤਰਕ ਜਿਹੜੇ ਨਹੀਂ ਹੋ ਰਹੇ ਅਜਿਹੀ ਡਰੈਗਨ ਡੋਰ ਨੂੰ ਇਸਦਾ ਇਸਤੇਮਾਲ ਕਰਨ ਤੇ, ਲਗਾਤਾਰ ਜਿਹੜੀ ਵਿਕਰੀ ਜਿਹੜੀ ਹੈ ਇਸਦੀ ਹੋ ਰਹੀ ਹੈ ਔਰ ਇਸ ਵਿਕਰੀ ਨੂੰ ਰੋਕਣ ਦੇ ਲਈ ਪੁਲਿਸ ਨੂੰ ਜਿਹੜੀ ਹੈ ਕਾਰਵਾਈ ਅਮਲ 'ਚ ਲਿਆਉਣੀ ਪਵੇਗੀ। ਨਹੀਂ ਤਾਂ ਅਜਿਹੀ ਡੋਰ ਜਿਹੜੀ ਹੈ ਨਾ ਜਾਣੇ ਕਿੰਨੇ ਲੋਕਾਂ ਨੂੰ ਜਿਹੜੀ ਹੈ ਉਸਦੀ ਬਲੀ ਰਹਿ ਚੁੱਕੀ ਹੈ ਔਰ ਕਿੰਨੇ ਲੋਕ ਜਿਹੜੀ ਹੈ ਇਸਦੇ ਸ਼ਿਕਾਰ ਹੋਣਗੇ। ਫਿਲਹਾਲ ਇੱਕ ਵਾਰੀ ਫਿਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਅੰਮ੍ਰਿਤਸਰ ਤੋਂ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਬੱਚੀ ਜਿਸਦੀ ਮਹਿਜ਼ 6 ਸਾਲ ਦੀ ਉਮਰ ਸੀ ਔਰ ਇਸ ਬੱਚੀ ਦਾ ਨਾਮ ਖੁਸ਼ੀ ਦੱਸਿਆ ਜਾ ਰਿਹਾ ਹੈ, ਜਿਸਦੀ ਮੌਤ ਹੋ ਗਈ ਹੈ ਡਰੈਗਨ ਡੋਰ ਕਰਕੇ ਔਰ ਡਰੈਗਨ ਡੋਰ ਕਰਕੇ ਇਸ ਬੱਚੀ ਦੀ ਗਰਦਨ ਜਿਹੜੀ ਹੈ ਉਹ ਕੱਟੀ ਜਾਂਦੀ ਹੈ, ਸਾਹ ਵਾਲੀ ਨਲੀ ਜਿਹੜੀ ਹੈ ਉਸ ਕੱਟਣ ਕਰਕੇ ਇਸਦੀ ਥਾਂ 'ਤੇ ਹੀ ਮੌਤ ਹੋ ਜਾਂਦੀ ਹੈ।